अज दसवीं पातशाह जी दीआं निशानियां दिखावांगे। एक परिवार कोले तख्त श्री दमदमा साहब तलवंडी साहब विखे वह निशानियां सुशोभित ने, उन्हां दे दर्शन भी करवावांगे ते इतिहास तों भी जाणू करवावांगे उस परिवार कोले निशानियां इह सारियां किवें आईआं। उम्मीद है कि तुसीं भी धन होवोंगे गुरु साहब दीआं निशानियां दे दर्शन करके। वीडियो चंगी लगी शेयर जरूर कर दिओ। दिखाउने आ वह निशानियां ते दर्शन करवाउने आ। मैं पातशाह दे उपर अल्लाह लिखिया किसी मुसलमान फकीर ने भेट करे सी दसवें पातशाह टेगा साहब दसवें पातशाह छोटी दस्तार है केसगी दसवें पातशाह साहब की छोटी दस्तार है बड़ी दस्तार दसवें पातशाह की बड़ी दस्तार है दसवें पातशाह चोला दसवें पातशाह मुक्तसर साहब के युद्ध समय पहने हुए बस्तर ने उपर खून के निशान लगे हुए ने बट्टा चोला दसवें पातशाह रे पजामा दसवें पातशाह इन्हों उपर भी खून के निशान लगे हुए ने। मुक्तसर साहब के युद्ध समय भाई महा सिंह का विदावा पाड़िया उन्होंने खून के निशान लगे हुए ने। साहब जी का रे पजामा छोटा चोला दसवें पातशाह इन्हों उपर भी खून के निशान लगे हुए ने। छोटा चोला दसवें पातशाह रे पजामा माता जी साहब कौर का माता जी साहब कौर का रे पजाम बाज की डोर है गुरु गोबिंद सिंह जी दे बाज की डोर संपूर्ण बीड़ है श्री गुरु ग्रंथ साहब जी 1430 अंग सारी बाणी दर्ज है इन्हां संपूर्ण श्री गुरु ग्रंथ साहब जी ने। हुक्मनामा साहब दसवें पातशाह दे उपर मोर लगी है नीचे मोर लगी है मोर के दर्शन तख्त साहब विच करे होणगे जी। तलवंडी साबो नूं तख्त साहब का दर्जा दिता गुरु साहब ने जो मन्नेगा उसका भला होवेगा गुरु अंग संग होणगे। इत्थे भी दरगाह विच भी मुख वाक गुरु साहब गुरु गोबिंद सिंह जी का हुक्मनामा साहब है जिहड़े गुरबाणी का सत्कार करते हैं गुरबाणी की संगत करते इत्थे भी भला दरगाह च भी भला। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜਸਵਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਪਰਿਵਾਰ ਕੋਲੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਕਿਵੇਂ ਆਈਆਂ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਮਹਾਰਾਜ ਇੱਥੇ ਗੁਰੂ ਗੋਬਿੰਦ ਸਿੰਘ ਜੀ ਆਏ ਸੀਗੇ ਦਮਦਮਾ ਸਾਹਿਬ ਬਾਬੇ ਡੱਲੇ ਨੂੰ ਮਿਲੇ ਸੀਗੇ। ਡੱਲੇ ਨੇ ਇਹਨਾਂ ਮਹਾਰਾਜ ਦੀ ਸੇਵਾ ਕਰੀ ਸਵਾ ਸਾਲ ਤੋਂ ਵੱਧ ਟਾਈਮ ਮਹਾਰਾਜ ਇੱਥੇ ਰਹੇ ਸੀਗੇ। ਡੱਲੇ ਸੇਵਾ ਕਰੀ ਡੱਲਾ ਚੌਧਰੀ ਜੀ ਸਰਕਾਰ ਨੇ ਬਹੁਤ ਸੁਨੇਹ ਭੇਜੇ ਵੀ ਇਹਨੂੰ ਗ੍ਰਿਫਤਾਰ ਕਰਾ ਦੇ ਸਾਥੋਂ ਨਾਮ ਲੈ ਲੈ ਪਰ ਡੱਲੇ ਨੇ ਇਹਦੀ ਗੱਲ ਠੁਕਰਾ ਤੀ ਸਰਕਾਰ ਦੀ ਅਤੇ ਉਹਦੇ ਗੁਰੂ ਦੀ ਰੱਖੀ ਗੱਲ ਉਹਨਾਂ ਨੇ ਕਹਿੰਦੇ ਵੀ ਸਾਡੇ ਗੁਰੂ ਹੈ ਅਸੀਂ ਲੜ ਕੇ ਮਰ ਸਕਦੇ ਹਾਂ ਤੁਹਾਡੇ ਗੁਰੂ ਪਿੱਛੇ। ਫਿਰ ਮਹਾਰਾਜ ਜਾਣ ਵੇਲੇ ਨਿਸ਼ਾਨੀਆਂ ਦੇ ਗਏ ਸੀ ਬਾਬੇ ਡੱਲੇ ਨੂੰ। ਹੁਣ 12ਵੀਂ ਪੀੜ੍ਹੀ ਚੱਲ ਰਹੀ ਹੈ ਹਾਂਜੀ 12ਵੀਂ ਖੇਤੀਬਾੜੀ ਕਰਦੇ ਜੀ। ਬਾਬਾ ਜੀ ਇਹ ਗੱਲ ਦੱਸੋਗੇ ਕਿ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਗੁਰੂ ਸਾਹਿਬ ਦੀਆਂ ਇੱਥੇ ਸੁਸ਼ੋਭਿਤ ਨੇ। ਇੱਕ ਤਾਂ ਦਸਤਾਰ ਹੈ ਜੀ ਛੋਟੀ ਦਸਤਾਰ ਹੈ ਮਹਾਰਾਜ ਦੀ ਵੱਡੀ ਦਸਤਾਰ ਹੈ ਚੋਲਾ ਗਾ ਮਹਾਰਾਜ ਦਾ ਇੱਕ ਛੋਟਾ ਚੋਲਾ ਇੱਕ ਰੇ ਪਜਾਮਾ ਇੱਕ ਮਾਤਾ ਸਾਹਿਬ ਕੌਰ ਜੀ ਦਾ ਰੇ ਪਜਾਮਾ ਇੱਕ ਬਾਜ ਦੀ ਡੋਰ ਹੈ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਛੋਟੇ ਇੱਕ ਹੁਕਮਨਾਮਾ ਸਾਹਿਬ ਹੈ ਤਖ਼ਤ ਸਾਹਿਬ ਦਾ। ਉਹ ਕਿਹਨਾਂ ਨੂੰ ਦਿੱਤੇ ਸੀ ਇਸ ਪ੍ਰਭਾਵ ਬਾਅਦ ਆ ਗਏ ਸੀ ਜੀ ਜਦੋਂ ਮਹਾਰਾਜ ਇੱਥੋਂ ਵੱਗ ਗਏ ਸੀ ਨਾ ਉਦੋਂ ਬਾਅਦ ਥੋੜ੍ਹੇ ਟਾਈਮ ਬਾਅਦ ਇੱਥੇ ਆ ਗਏ ਸੀ। ਬਾਬਾ ਜੀ ਕਿੰਨੀ ਕੁ ਸੰਗਤ ਹਰ ਰੋਜ਼ ਤੁਸੀਂ ਇੱਥੇ ਦੇਖਦੇ ਹੋ ਕਿੰਨੀ ਕੁ ਸੰਗਤ ਦਰਸ਼ਨ ਕਰਨ ਆਉਂਦੀ ਬਹੁਤ ਆਉਂਦੀ ਹੈ ਜੀ ਸੰਗਤ ਨੂੰ ਇਹ ਦੱਸਣਾ ਚਾਹੋਗੇ ਕਿ ਜਿਹੜਾ ਵੀ ਕੋਈ ਆਉਂਦਾ ਤਖ਼ਤ ਸ੍ਰੀ ਦਮਦਮਾ ਸਾਹਿਬ ਉਹ ਇੱਥੇ ਜ਼ਰੂਰ ਦਰਸ਼ਨ ਕਰਕੇ ਜਾਏਗਾ। ਉਹ ਤਾਂ ਜ਼ਰੂਰੀ ਹੈ ਜੀ ਮਹਾਰਾਜ ਜੀ ਇਹ ਵੀ ਆਪਣੇ ਬਸਤਰ ਤਾਂ 2-4 ਸਾਲ 'ਚ ਖਰਾਬ ਹੋ ਜਾਂਦੇ ਤਾਂ 316 ਸਾਲ ਹੋ ਗਏ। ਹਾਂਜੀ ਮਹਾਰਾਜ ਆਪ ਹੀ ਨੇ ਤਾਂ ਦਰਸ਼ਨ ਕਰਨੇ ਜ਼ਰੂਰੀ ਹੈ। ਇਹ ਸਾਡੇ ਨਾਲ ਬਾਬਾ ਜੀ ਸੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸੋ ਇਹ ਸਾਡੇ ਨਾਲ ਬਾਬਾ ਜੀ ਸੀ ਜਿਹਨਾਂ ਨਾਲ ਗੱਲਬਾਤ ਕੀਤੀ ਇੱਥੇ ਸੰਗਤ ਵੀ ਮੌਜੂਦ ਹੈ ਇਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਕਿ ਉਹ ਕਿੱਥੋਂ ਆਏ ਆ ਬਾਈ ਜੀ ਹੋਰ ਜੀ ਨਾਲ ਬੈਠੇ ਆ। ਬਾਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਏ? ਅਸੀਂ ਬਰਨਾਲੇ ਤੋਂ ਆਏ ਜੀ। ਦਰਸ਼ਨ ਕਰਨ ਆਏ ਸੀ? ਦਰਸ਼ਨ ਕਰਨ ਆਏ ਜੀ ਗੁਰੂ ਸਾਹਿਬ ਦੇ। ਕਿਵੇਂ ਮਹਿਸੂਸ ਹੋਇਆ ਫਿਰ? ਬਹੁਤ ਵਧੀਆ ਜੀ ਮਹਾਰਾਜ ਦੇ ਜੀ ਚੌਥਾ ਤਖ਼ਤ ਆ ਜੀ ਇਹ ਅਤੇ ਦਮਦਮਾ ਸਾਹਿਬ ਇੱਥੇ ਗੁਰੂਆਂ ਨੇ ਆ ਕੇ ਦਮ ਲਿਆ ਸੀਗਾ ਜੀ ਅਤੇ ਇੱਥੇ ਯਾਨੀ ਜੀ ਬਹੁਤ ਸੰਗਤ ਆਉਂਦੀ ਹੈ ਵਿਸਾਖੀ ਨੂੰ ਮੇਲਾ ਵੀ ਲੱਗਦਾ ਬਹੁਤ ਭਾਰੀ ਅਤੇ ਲੋਕ ਬਹੁਤ ਦੂਰੋਂ ਤੱਲ ਕੇ ਦਰਸ਼ਨ ਕਰਨ ਆਉਂਦੇ ਆ ਅਤੇ ਜਿਹੜਾ ਵੀ ਦਰਸ਼ਨ ਕਰਨ ਆਉਂਦਾ ਇੱਥੇ ਬਾਬਾ ਡੱਲਾ ਸਿੰਘ ਜੀ ਦੇ ਘਰ ਆ ਕੇ ਮਹਾਰਾਜ ਦੇ ਦਰਸ਼ਨ ਕਰਕੇ ਜਾਂਦਾ ਜੀ ਆ ਕੇ ਇੱਥੇ ਘਰੇ।
ਬਾਈ ਜੀ ਕਿਵੇਂ ਲੱਗਿਆ, ਕਿਵੇਂ ਮਹਿਸੂਸ ਹੋਇਆ ਗੁਰੂ ਸਾਹਿਬ ਦੇ ਸ਼ਸਤਰਾਂ ਦੇ, ਗੁਰੂ ਸਾਹਿਬ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ ਕਿਵੇਂ ਲੱਗਿਆ? ਬਹੁਤ ਵਧੀਆ ਜੀ, ਮਨ ਨੂੰ ਸ਼ਾਂਤੀ ਆਈ ਹੈ ਜੀ। ਕਿੱਥੋਂ ਆਏ ਤੁਸੀਂ? ਅਸੀਂ ਬਰਨਾਲਾ ਤੋਂ ਆਏ ਜੀ, ਪਿੰਡ ਕਲਾਲਾ ਜੀ। ਹਾਂਜੀ ਜੀ, ਕਿਵੇਂ ਸੁਭਾਅ ਬਣਿਆ ਦਰਸ਼ਨ ਕਰਨ? ਅੱਜ ਛੁੱਟੀ ਸੀਗੀ ਜੀ, ਬੱਚਿਆਂ ਨੂੰ ਛੁੱਟੀ ਸੀਗੀ, ਇਸ ਕਰਕੇ ਇਹਨਾਂ ਦੇ ਨਾਲ ਅਸੀਂ ਵੀ ਬਰਨਾਲ ਬੱਚਿਆਂ ਨੂੰ ਦਰਸ਼ਨ ਕਰਾ ਤੇ ਨਾਲ। ਪਹਿਲੀ ਵਾਰ ਆਏ? ਹਾਂਜੀ, ਮੈਂ ਪਹਿਲੀ ਵਾਰ ਆਇਆ। ਇਹ ਤਸਵੀਰਾਂ ਨੇ ਜੀ, ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਬਹੁਤ ਘੱਟ ਸੰਗਤਾਂ ਨੂੰ ਇਸ ਬਾਰੇ ਜਾਣਕਾਰੀ ਹੈ। ਤਖ਼ਤ ਸ਼੍ਰੀ ਦਮਦਮਾ ਸਾਹਿਬ ਤੋਂ ਬਹੁਤ ਘੱਟ ਦੂਰੀ 'ਤੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਸੁਸ਼ੋਭਿਤ ਨੇ। ਜਦੋਂ ਵੀ ਆਉਂ ਤਾਂ ਬਾਬਾ ਡੱਲ ਸਿੰਘ ਜੀ ਦਾ ਪਰਿਵਾਰ, ਉਹਨਾਂ ਕੋਲ ਨਿਸ਼ਾਨੀਆਂ ਨੇ ਗੁਰੂ ਸਾਹਿਬ ਦੀਆਂ, ਤਾਂ ਦਰਸ਼ਨ ਜ਼ਰੂਰ ਕਰਕੇ ਜਾਇਓ। ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ। ਤਸਵੀਰਾਂ ਦਿਖਾਉਣੀਆਂ ਚਾਹਾਂਗੇ ਪਿੱਛੋਂ ਦੀਆਂ, ਅਤੇ ਇਹ ਤਸਵੀਰਾਂ ਦੇਖ ਲਓ ਕਿ ਜਦੋਂ ਵੀ ਆਵਾਂ ਤਾਂ ਦਰਸ਼ਨ ਕਰਕੇ ਜ਼ਰੂਰ ਜਾਇਓ। ਬਾਅਦ ਵਿੱਚ ਤਸਵੀਰਾਂ ਵੀ ਦਿਖਾਉਣੀਆਂ ਚਾਹਾਂਗੇ। ਅਤੇ ਇਹ ਤਸਵੀਰਾਂ ਨੇ, ਅਤੇ ਮਕਸਦ ਇਹੀ ਹੈ ਕਿ ਸਿੱਖ ਸੰਗਤਾਂ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਉਹ ਵੀ ਦਰਸ਼ਨ ਕਰ ਸਕਣ, ਅਤੇ ਬਾਅਦ ਦੀਆਂ ਤਸਵੀਰਾਂ ਵੀ ਦਿਖਾਉਣੀਆਂ ਚਾਹਾਂਗੇ। ਸੋ ਇਹ ਤਸਵੀਰਾਂ ਨੇ, ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ। ਅਤੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ, ਦਸਵੇਂ ਪਾਤਸ਼ਾਹ ਜੀ ਦੀਆਂ ਨਿਸ਼ਾਨੀਆਂ ਪਰਿਵਾਰ ਕੋਲ ਨੇ, ਦਿਖਾਉਣ ਦੀ ਕੋਸ਼ਿਸ਼ ਕੀਤੀ। ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ। ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਸ਼ਬਦ ਚੈਨਲ।